ਕਲਾ ਸਟੂਡੈਂਟਸ ਬੱਚਿਓ ਅੱਜ ਅਸੀਂ 11ਵੀਂ ਜਮਾਤ ਦਾ ਵੈਲਕਮ ਲਾਈਫ ਸਬਜੈਕਟ ਦਾ ਪਾਠ ਦੂਜਾ ਕੁਦਰਤੀ ਸੌਮਿਆਂ ਦੀ ਸੰਭਾਲ ਕਰਾਂਗੇ ਠੀਕ ਹੈ ਪਿਆਰੇ ਬੱਚਿਓ ਇਹ ਪਾਠ ਸਪੈਸ਼ਲੀ ਹਵਾ ਪਾਣੀ ਆਦਿ ਦੇ ਸੰਦਰਭ ਵਿੱਚ ਹੈ ਜਿਹੜੇ ਕਿ ਸਾਡੇ ਕੁਦਰਤੀ ਸੌਮੇ ਹਨ ਇਸ ਪਾਠ ਦਾ ਉਦੇਸ਼ कुदती स्रोतों की साम संभाल मनुखी जीवन का भविख्य लुक्या होया है दूसरा उद्देश्य है ब्रिटिश पाठ का मनुख कुद्रत मालिक नहीं सगों कुत मनुख की पालनहार है तीसरा उद्देश है कुदरती सोमिया संभाल आओ पाठ शुरू करते हाँ मनुखी जीवन पं तत्तों उत्ते आधारित मनिया जाता है ਅਤੇ ਇਹ ਪੰਜ ਤੱਤ ਸਿੱਧੇ ਜਾਂ ਅ ਸਿੱਧੇ ਰੂਪ ਵਿੱਚ ਕੁਦਰਤ ਨਾਲ ਹੀ ਸੰਬੰਧਤ ਹਨ ਪਰ ਤਖ ਤੌਰ ਤੇ ਕੁਦਰਤੀ ਤੱਤਾਂ ਨਾਲ ਸਿਰਜੇ ਗਏ ਮਨੁੱਖ ਦੀ ਹੋਂਦ ਅਤੇ ਭਵਿਕ ਕੁਦਰਤ ਦੀ ਸੰਭਾਲ ਉੱਤੇ ਹੀ ਨਿਰਭਰ ਕਰਦੇ ਹਨ ਜੀਵਨ ਦੀ ਸਦੀਵਤਾ ਵੀ ਕੁਦਰਤੀ ਪੱਖਾਂ ਦੀ ਸਦੀਵਤਾ ਦੇ ਸਮਾਨ ਅੰਤਰ ਹੀ ਚਲਦੀ ਹੈ ਇਸ ਪੱਖ ਵੱਲ ਧਿਆਨ ਦੇਣਾ ਜ਼ਰੂਰੀ ਹੈ ਕਿ ਕੁਦਰਤੀ ਸोमਿਆਂ ਦੀ ਸੰਭਾਲ ਅਸਲ ਵਿੱਚ ਕੁਦਰਤ ਦੀ ਸੰਭਾਲ ਹੋਣ ਤੋਂ ਵੱਧ ਕੇ ਮਨੁੱਖ ਦੀ ਸੰਭਾਲ ਵਧੇਰੇ ਹੈ ਇਸ ਲਈ ਜਨਸੰਖਿਆ ਵਿਸਫੋਟ ਦੇ ਸਮੇਂ ਵਿੱਚ ਕੁਦਰਤ ਅਤੇ ਉਸ ਦੇ ਸ਼੍ਰੋਤਾਂ ਦੀ ਸਾਂਝ ਸੰਭਾਲ ਮਨੁੱਖ ਦਾ ਅਹਿਮ ਕਾਰਜ ਬਣ ਜਾਂਦੀ ਹੈ ਪਿਆਰੇ ਬੱਚਿਓ ਕੁਦਰਤੀ ਸ਼੍ਰੋਤਾਂ ਦੀ ਸਾਂਝ ਸੰਭਾਲ ਵਿੱਚ ਹੀ ਮਨੁੱਖੀ ਜੀਵਨ ਦਾ ਭਵਿੱਖ ਲੁਕਿਆ ਹੋਇਆ ਹੈ ਠੀਕ ਹੈ ਇਹ ਅਸੀਂ ਪੜ ਰਹੇ ਹਾਂ ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਪੇਜ ਨੰਬਰ 9 ਤੇ ਪਹਿਲੀ ਕ੍ਰਿਆ ਠੀਕ ਹੈ ਸਭ ਤੋਂ ਪਹਿਲਾਂ ਜਿਹੜਾ ਇਹਦੇ ਵਿੱਚ ਕੁਐਸਚਨ ਹੈ ਨਾਲੇ ਇਹ ਜਿਹੜੀ ਕ੍ਰਿਆਵਾਂ ਨੇ ਬਿਟੇ ਇਹ ਤੁਸੀਂ ਕੀ ਸੋਚਦੇ ਹੋ ਉਸ ਹਿਸਾਬ ਨਾਲ ਤੁਸੀਂ ਟਿਕ ਕਰਨੇ ਆ ਠੀਕ ਹੈ ਜ਼ਰੂਰੀ ਨਹੀਂ ਹਰ ਬੱਚਾ ਇੱਕੋ ਹੀ ਤਰ੍ਹਾਂ ਸੋਚਦਾ ਹੈ ਠੀਕ ਹੈ ਇੱਕੋ ਹੀ ਉਹਦਾ ਆਨਸਰ ਹੋਏਗਾ ਜ਼ਰੂਰੀ ਨਹੀਂ ਹੈ ਹਰ ਆਪਣੇ ਹਿਸਾਬ ਨਾਲ ਸਾਰੇ ਬੱਚੇ ਇਸ ਦੇ ਆਨਸਰ ਦੇ ਸਕਦੇ ਆ ਤੁਸੀਂ ਭਰੇ ਬਾਜ਼ਾਰ ਵਿੱਚ ਸੜਕ ਦੇ ਕਿਨਾਰੇ ਲੱਗੀ ਪਾਣੀ ਵਾਲੀ ਸਰਕਾਰੀ ਟੂਟੀ ਵਿੱਚੋਂ ਪਾਣੀ ਵਗਦਾ ਵੇਖਦੇ ਹੋ ਕਿ ਪਾਣੀ ਦੀ ਟੂਟੀ ਤੋਂ ਐਵੇਂ ਪਾਣੀ ਵਗ ਰਿਹਾ ਹੈ ਹਾ ਤਾਂ ਇਹ ਇੱਥੇ ਦਿੱਤੇ ਚਾਰ ਪ੍ਰਤੀਕਿਆਂ ਵਿੱਚੋਂ ਤੁਸੀਂ ਸਭ ਤੋਂ ਸਹੀ ਤੁਹਾਨੂੰ ਕੀ ਲੱਗਦੀ ਹੈ ਉਸ ਤੇ ਸਹੀ ਦਾ ਚਿੰਨ ਲਾਣਾ ਹੈ ਠੀਕ ਹੈ ਹੁਣ ਤੁਹਾਨੂੰ ਜਿਹੜੇ ਤੁਹਾਡੇ ਨਾਲ ਤੁਹਾਡੇ ਹਿਸਾਬ ਨਾਲ ਸਹੀ ਲੱਗਦਾ ਉਸ ਤੇ ਤੁਸੀਂ ਇੱਕ ਟਿਕ ਮਾਰਨਾ ਸਭ ਤੋਂ ਪਹਿਲਾਂ ਪੁੱਛ ਰਿਹਾ ਦੇਖ ਕੇ ਅੱਗੇ ਲੰਘ ਜਾਵਾਂਗੇ ਕਿਉਂਕਿ ਸਾਡੇ ਕੱਪੜੇ ਅਤੇ ਬੂਟ ਗਿੱਲੇ ਹੋ ਸਕਦੇ ਆ ਠੀਕ ਹੈ ਕਿ ਤੁਸੀਂ ਇਹ ਕਰੋਗੇ ਉਸ ਤੋਂ ਬਾਅਦ ਤੁਰੰਤ ਟੂਟੀ ਬੰਦ ਕਰਾਂਗੇ ਭਾਵੇਂ ਸਾਡੇ ਕੱਪੜੇ ਗਿੱਲੇ ਹੋ ਜਾਣ ਧਿਆਨ ਹੀ ਨਹੀਂ ਕਰਾਂਗੇ ਕਿਉਂਕਿ ਇਹ ਸਰਕਾਰ ਦਾ ਫਰਜ਼ ਹੈ ਇਹ ਕਿਹੜੇ ਸਾਡੇ ਘਰ ਦੀ ਟੂਟੀ ਹੈ ਠੀਕ ਹੈ ਇਹ ਤਾਂ ਸਰਕਾਰੀ ਟੂਟੀ ਹੈ ਅਸੀਂ ਧਿਆਨ ਹੀ ਨਹੀਂ ਕਰਾਂਗੇ ਇਹ ਤਾਂ ਸਾਡਾ ਕੰਮ ਹੀ ਨਹੀਂ ਹੈ ਉਸ ਤੋਂ ਬਾਅਦ ਜੋ ਕੋਈ ਟੂਟੀ ਬੰਦ ਕਰਨ ਨੂੰ ਕਹੇਗਾ ਤਾਂ ਟੂਟੀ ਬੰਦ ਕਰ ਦਵਾਂਗੇ ਅਗਰ ਜੇਕਰ ਤੁਹਾਨੂੰ ਕੋਈ ਕਹਿੰਦਾ ਹੈ ਕਿ ਹਾਂ ਬੇਟੇ ਟੂਟੀ ਬੰਦ ਕਰ ਦਿਓ ਤਾਂ ਤੁਸੀਂ ਉਸ ਟੈਪ ਨੂੰ ਬੰਦ ਕਰੋਗੇ ਨਹੀਂ ਤਾਂ ਉਸ ਟੈਪ ਨੂੰ ਐਵੇਂ ਹੀ ਚੱਲਦਾ ਰਹਿਣ ਦਿਓਗੇ ਠੀਕ ਹੈ ਇਸ ਸਾਬ ਨਾਲ ਤੁਸੀਂ ਕੀ ਕਰੋਗੇ ਜੇਕਰ ਤੁਸੀਂ ਇੱਕ ਅੱਛੇ ਨਾਗਰਿਕ ਹੋ ਇਸ ਦੇਸ਼ ਦੇ ਠੀਕ ਹੈ ਤਾਂ ਤੁਸੀਂ ਤੁਰੰਤ ਟੂਟੀ ਬੰਦ ਕਰ ਦਵੋਗੇ ਠੀਕ ਹੈ ਚਾਹੇ ਤੁਹਾਡੇ ਕੱਪੜੇ ਗਿੱਲੇ ਹੋ ਜਾਣ ਠੀਕ ਹੈ ਕਿਉਂਕਿ ਸਾਡਾ ਸਭ ਤੋਂ ਪਹਿਲਾ ਫਰਜ਼ ਹੈ ਤੁਸੀਂ ਆਪਣੇ ਜਿਵੇਂ ਤੁਹਾਨੂੰ ਠੀਕ ਲੱਗੇ ਤਾਂ ਤੁਸੀਂ ਉਸ ਨੂੰ ਟਿਕ ਕਰ ਦੋਗੇ ਜ਼ਰੂਰ ਤੁਹਾਡੇ ਨਾਲ ਐਵੇਂ ਦਾ ਇੱਕ ਜ਼ਰੂਰ ਕਦੇ ਨਾ ਕਦੇ ਕੋਈ ਵਾਕਿਆ ਹੋਇਆ ਹੋਣਾ ਤੁਸੀਂ ਉਦੋਂ ਕੀ ਕੀਤਾ ਸੀ ਉਹ ਵੀ ਧਿਆਨ ਚ ਰੱਖਣਾ ਠੀਕ ਹੈ ਉਸ ਤੋਂ ਬਾਅਦ ਹੈ ਹਰ ਕਿਸਮ ਦੇ ਤਿਉਹਾਰਾਂ ਅਤੇ ਵਿਆਹ ਸ਼ਾਦੀ ਵਰਗੀਆਂ ਖੁਸ਼ੀਆਂ ਦੇ ਮੌਕਿਆਂ ਤੇ ਪੰਜਾਬੀ ਲੋਕ ਆਮ ਹੀ ਪਟਾਕਿਆਂ ਦੀ ਵਰਤੋਂ ਕਰਦੇ ਹਨ ਇਹ ਤਾਂ ਬਹੁਤ ਆਮ ਹੈ ਕੋਈ ਤਿਉਹਾਰ ਹੋਵੇ ਫੰਕਸ਼ਨ ਹੋਵੇ ਤਾਂ ਅਸੀਂ ਪਟਾਕੇ ਤਾਂ ਜ਼ਰੂਰ ਚਲਾਉਂਦੇ ਆ ਜਿਸ ਨਾਲ ਕੁਦਰਤੀ ਤੱਤਾਂ ਦਾ ਪ੍ਰਦੂਸ਼ਣ ਕਾਰਨ ਬਹੁਤ ਨੁਕਸਾਨ ਹੁੰਦਾ ਹੈ ਠੀਕ ਹੈ ਇਹ ਵੇਖਣ ਲਈ ਸਾਡੇ ਵਿਦਿਆਰਥੀ ਕਿੰਨੇ ਕੁ ਸੁਚੇਤ ਹਨ ਹੁਣ ਅਗਲੀ ਕ੍ਰਿਆ ਆ ਰਹੀ ਹੈ ਤੁਹਾਡੇ ਜਮਾਤ ਦੇ ਕਿੰਨੇ ਕੁ ਵਿਦਿਆਰਥੀ ਅਜੇ ਇਹ ਹਨ ਜਿਨ੍ਹਾਂ ਨੇ ਕਦੇ ਵੀ ਪਟਾਕੇ ਨਹੀਂ ਚਲਾਏ ਠੀਕ ਹੈ ਹੁਣ ਕਿਉਂਕਿ ਕੋਵਿਡ ਦਾ ਟਾਈਮ ਹੈ ਜਦੋਂ ਵੀ ਤੁਹਾਡੀ ਕੋਈ ਜ਼ੂਮ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਵੀ ਕਿਹੜੇ-ਕਿਹੜੇ ਬੱਚੇ ਜਿਨ੍ਹਾਂ ਨੇ ਅਜੇ ਤੱਕ ਪਟਾਕੇ ਨਹੀਂ ਚਲਾਏ ਬਹੁਤ ਹੀ ਘੱਟ ਬੱਚੇ ਹੋਣਗੇ ਜਿਨ੍ਹਾਂ ਨੇ ਅਜ ਤੱਕ ਪਟਾਕੇ ਨਹੀਂ ਚਲਾਏ ਨਹੀਂ ਤਾਂ तकरीबन ਬੱਚੇ ਪਟਾਕੇ ਚਲਾਉਂਦੇ ਹਨ ਯਕ ਕੁਝ ਬੱਚੇ ਜਿਨ੍ਹਾਂ ਨੂੰ ਪਟਾਕਿਆਂ ਤੋਂ ਬਹੁਤ ਡਰ ਲੱਗਦਾ ਉਹੀ ਨਹੀਂ ਚਲਾਉਂਦੇ ਹੈਨਾ ਪਰ ਅਗਰ ਤੁਸੀਂ ਆਪਣੇ ਪ੍ਰਿਆਵਰਣ ਨੂੰ ਲੈ ਕੇ ਸੁਚੇਤ ਹੋ ਠੀਕ ਹੈ ਤੇ ਤੁਸੀਂ ਪਟਾਕੇ ਨਹੀਂ ਚਲਾਓਗੇ ਤੁਹਾਡੀ ਜਮਾਤ ਦੇ ਕਿੰਨੂ ਕੁ ਵਿਦਿਆਰਥੀ ਅਜੇ ਹਨ ਹਨ ਜਿਨ੍ਹਾਂ ਨੇ ਕਿਸੇ ਦੇ ਕਹਿਣ ਜਾਂ ਵੇਖਾ-ਵੇਖੇ ਪਟਾਕੇ ਚਲਾਏ ਹਨ ਠੀਕ ਹੈ ਉਹ ਤੁਸੀਂ ਕਾਊਂਟਿੰਗ ਇੱਥੇ ਲਿਖਣੀ ਹੈ ਤੇ ਅਗਰ ਕਾਊਂਟਿੰਗ 5 6 ਹੈ ਤਾਂ ਤੁਸੀਂ ਇਹਨਾਂ ਦਾ ਨਾਮ ਵੀ ਲਿਖ ਸਕਦੇ ਹੋ ਤੁਹਾਡੀ ਜਮਾਤ ਦੇ ਕਿੰਨੇ ਕਿ ਵਿਦਿਆਰਥੀ ਬਹੁਤ ਚਾਹ ਨਾਲ ਪਟਾਕੇ ਤੇ ਰੁਪਏ ਬਰਬਾਦ ਕਰਦੇ ਹਨ ਠੀਕ ਹੈ ਕਈਆਂ ਨੂੰ ਹੁੰਦਾ ਇਸਨੇ ਇਸ ਵਿਦਿਆਰਥੀ ਨੇ ਤਾਂ ਹਜ਼ਾਰ ਦੇ ਪਟਾਕੇ ਲੈ ਲੇ ਤਾਂ ਮੈਂ 1200 ਦੇ ਲਵਾਵਾਂਗਾ ਠੀਕ ਹੈ ਮੇਰੇ ਪਟਾਕੇ 10 ਵਜੇ ਤੱਕ ਚੱਲਨੇ ਚਾਹੀਦੇ ਆ ਅਗਰ ਉਹਦੇ 8 ਵਜੇ ਤੱਕ ਚੱਲ ਰਹੇ ਆ ਠੀਕ ਹੈ ਇਸ ਹੋੜ 'ਚ ਆਪਾਂ ਹੋਰ ਪੈਸੇ ਦੀ ਬਰਬਾਦੀ ਕਰਦੇ ਆਂ ਕੁਦਰਤ ਨੂੰ ਬਿਟੇ ਹੁਣ ਪੇਜ ਨੰਬਰ 10 ਤੇ ਇਹ ਕ੍ਰਿਆ ਖਤਮ ਹੋ ਗਈ ਹੈ ਹੁਣ ਪੇਜ ਨੰਬਰ 10 ਤੇ ਕੁਦਰਤ ਨੂੰ ਸਾਨੂੰ ਕੁਦਰਤ ਨੇ ਸਾਨੂੰ ਜੰਗਲ ਪਹਾੜ ਨਦੀਆਂ ਨਾਲੇ ਖਾਣ ਪੀਣ ਦੇ ਪਦਾਰਥ ਅਤੇ ਹੋਰ ਬਹੁਤ ਕੁਝ ਦਿੱਤਾ ਹੈ ਮਨੁੱਖ ਨੇ ਆਪਣੀਆਂ ਸੁੱਖ ਸਹੂਲਤਾਂ ਲਈ ਜੰਗਲ ਕੱਟ ਦਿੱਤੇ ਠੀਕ ਹੈ ਤੁਸੀਂ ਦੇਖਦੇ ਹੋ ਜੰਗਲ ਕੱਟੇ ਜਾ ਰਹੇ ਹਨ ਪਹਾੜਾਂ ਨੂੰ ਢਾ ਦਿੱਤਾ ਨਦੀਆਂ ਨਾਲਿਆਂ ਦੇ ਕੁਦਰਤੀ ਬਹਾਵ ਬਦਲਤੇ ਕਿਵੇਂ ਬਦਲਤੇ ਉਹਨਾਂ ਤੇ ਡੈਮ ਬਣਾਤੇ ਠੀਕ ਹੈ ਅਤੇ ਅੱਗਾ ਨਾਲ ਵਾਤਾਵਰਣ ਵਿੱਚ ਕਾਰਬਨ ਡਾਈਆਕਸਾਈਡ ਛੱਡੀ ਹਵਾ ਵਿੱਚ ক্লোਰੋਫਲੋਰੋਕਾਰਬਨ ਵਰਗੇ ਜ਼ਹਿਰੀਲੇ ਪਦਾਰਥ ਛੱਡੇ ਜਿਸ ਵਿੱਚ ਕੁਦਰਤੀ ਸੰਤੁਲਨ ਵਿਗੜ ਗਿਆ ਠੀਕ ਹੈ ਉਹਦੇ ਨਾਲ ਸਾਡੀ ਓਜ਼ੋਨ ਲੇਅਰ ਹੈ ਉਹਦਾ ਤੁਹਾਨੂੰ ਪਤਾ ਹੀ ਹੈ ਨਾ ਸਾਇੰਸ ਵਿੱਚ ਆਪਾਂ ਪੜ੍ਹਦੇ ਆਂ ਅਤੇ ਵਾਤਾਵਰਣ ਨੂੰ ਸੁਰੱਖਿਆ ਦੇਣ ਵਾਲੀ ਕੁਦਰਤੀ ਓਜ਼ੋਨ ਪਰਤ ਖਰਾਬ ਕਰਦੀ ਸੂਰਜ ਦੀਆਂ ਪੈਰਾਬੈਂਗਣੀ ਠੀਕ ਹੈ ਜਾਂ ਅਲਟਰਾ ਵਾਇਓਲਟ ਕਿਰਨਾ ਦੈਨ ਜੀਵ ਜੰਤੂਆਂ ਅਤੇ ਮਨੁੱਖ ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ ਗ੍ਰੀਨ ਹਾਊਸ ਗੈਸਾਂ ਨੇ ਔਸਤ ਵਾਤਾਵਰਣੀ ਤਾਪਮਾਨ ਵਿੱਚ ਵਾਧਾ ਕੀਤਾ ਹੈ ਆਪਾਂ ਦੇਖਦੇ ਹਾਂ ਪਹਿਲਾਂ ਇੰਨੀ ਗਰਮੀ ਨਹੀਂ ਹੁੰਦੀ ਸੀ ਹੈਨਾ ਤੇ ਇਹਨਾਂ ਅਲਟਰਾ ਵਾਇਓਲਟ ਰੇਜ਼ ਨਾਲ ਸਕਿਨ ਡਿਜ਼ੀਜ਼ਸ ਹੋ ਸਕਦੀਆਂ ਠੀਕ ਹੈ ਤੁਸੀਂ ਆਪਣੇ ਸਾਇੰਸ ਵਿੱਚ ਜ਼ਰੂਰ ਇਹ ਨਾ ਟੌਪਿਕ ਨੂੰ ਕਵਰ ਕੀਤਾ ਹੋਏਗਾ ਜਿਸ ਨੂੰ ਆਲਮੀ ਤਪਸ਼ ਜਾਂ ਗਲੋਬਲ ਵਾਰਮਿੰਗ ਕਿਹਾ ਜਾਂਦਾ ਹੈ ਠੀਕ ਹੈ ਜਿਹੜੀ ਇੰਨੇ ਸਾਰੇ ਪੋਲਿਊਸ਼ਨਸ ਕਰਕੇ ਇੰਨੀ ਜ਼ਿਆਦਾ ਗਰਮੀ ਵਧ ਰਹੀ ਹੈ ਠੀਕ ਹੈ ਤੇ ਸਾਡੇ ਗਲੇਸ਼ੀਅਰਸ ਪਿਗਲ ਰਹੇ ਹਨ ਇਸ ਨੂੰ ਕੀ ਕਿਹਾ ਜਾਂਦਾ ਹੈ ਬੇਟੇ ਗਲੋਬਲ ਵਾਰਮਿੰਗ ਠੀਕ ਹੈ ਗਲੋਬਲ ਦਾ ਮਤਲਬ ਹੋ ਗਿਆ ਜਿਹੜੇ ਸਾਰੇ ਸੰਸਾਰ ਵਿੱਚ ਹੋ ਰਹੀ ਹੈ ਠੀਕ ਹੈ ਕਿਸੇ ਇੱਕ ਦੇਸ਼ ਨੂੰ ਨਹੀਂ ਹੋ ਰਹੀ ਇਹ ਸਾਰੇ ਸੰਸਾਰ ਦੀ ਆਪਾਂ ਗੱਲ ਕਰ ਰਹੇ ਹਾਂ ਇਸ ਕਰਕੇ ਖਦਸ਼ਾ ਬਣ ਗਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਦੀਵੀ ਕੁਦਰਤੀ ਪਹਾੜੀ ਬਰਫ਼ ਵੀ ਪਿਗਲ ਜਾਵੇਗੀ ਜ਼ਮੀਨ 'ਦੋ ਜ਼ਲ ਅਨੇ ਵਾਰ ਕੱਢ ਕੇ ਵਰਤਿਆ ਗਿਆ ਹੈ ਜਿਸ ਨਾਲ ਧਰਤੀ ਦਾ ਅੰਦਰੂਨੀ ਸੰਤੁਲਨ ਵਿਗੜ ਗਿਆ ਹੈ ਧਰਤੀ ਉੱਤੇ ਵਗਦੇ ਪਾਣੀ ਵਿੱਚ ਕਾਰਖਾਨਿਆਂ ਦੀ ਰਸਾਇਣਿਕ ਰਹਿੰਦ-ਖੂੰਦ ਘੁਲ ਚੁੱਕੀ ਹੈ ਹੋ ਗਿਆ ਇਹ ਨਹਿਰਾ ਹੋ ਗਈਆਂ ਨਦੀਆਂ ਨਹਿਰਾ ਹੈ ਨਾ ਜਿਹੜਾ ਕੁਦਰਤੀ ਪਾਣੀ ਚੱਲਦਾ ਹੈ ਠੀਕ ਹੈ ਉਹਦੇ ਵਿੱਚ ਤੁਸੀਂ ਦੇਖਦੇ ਹੋ ਫੈਕਟਰੀਜ਼ ਦਾ ਜਿੰਨਾ ਵੀ ਵੇਸਟ ਹੁੰਦਾ ਸਾਰਾ ਕਿਹਦੇ ਵਿੱਚ ਜਾਂਦਾ ਹੈ ਨਦੀ ਵਿੱਚ ਜਾਂਦਾ ਹੈ ਠੀਕ ਹੈ ਤੇ ਹਵਾ ਪਾਣੀ ਧਰਤੀ ਦੇ ਪ੍ਰਦੂਸ਼ਣ ਤੋਂ ਇਲਾਵਾ ਆਵਾਜ਼ ਪ੍ਰਦੂਸ਼ਣ ਬੜੀ ਵੱਡੀ ਸਰਦਰਦੀ ਬਣ ਗਿਆ ਹੈ। ਕੁਦਰਤ ਵੱਲੋਂ ਪਰੋਸੀਆਂ ਗਈਆਂ ਵੱਡਮੁੱਲੀਆਂ ਦਾਤਾਂ ਦੀ ਸਾਂਭ ਸੰਭਾਲ ਸਾਡੇ ਸਮਾਜ ਅਤੇ ਵਿਦਿਆਰਥੀਆਂ ਦੀ ਜ਼ਿੰਮੇਵਾਰੀ ਹੈ। ਇਸ ਪੱਖ ਬਾਰੇ ਸਿਰਫ ਚਿੰਤਾ ਤੋਂ ਅੱਗੇ ਵਧ ਕੇ ਚਿੰਤਨ ਅਤੇ ਕਾਰਵਾਈ ਲਈ ਕੀਤੇ ਜਾਣ ਵਾਲੇ ਕਾਰਜ ਨੂੰ ਸਮਝਣ ਲਈ ਵਿਦਿਆਰਥੀ ਆਪਣੇ ਅਧਿਆਪਕ ਜੀ ਦੀ ਅਗਵਾਈ ਹੇਠ ਕੁਝ ਸਵਾਲਾਂ ਦਾ ਜਵਾਬ ਦੇਣਗੇ। ਹੁਣ ਇੱਕ ਵਰਕਸ਼ੀਟ ਆ ਰਹੀ ਹੈ ਬਟੇ। ਠੀਕ ਹੈ ਉਹ ਆਪਾਂ ਵਰਕਸ਼ੀਟ ਕਰਾਂਗੇ ਜ਼ਮੀਨ ਦੋਸ ਯਾਨੀ ਧਰਤੀ ਦੇ ਹੇਠਲਾ ਜਿਹੜਾ ਜਲ ਹੁੰਦਾ ਹੈ ਠੀਕ ਹੈ ਉਸ ਦੇ ਪੱਧਰ ਨੂੰ ਵਧਾਉਣ ਲਈ ਕੀ ਕੀ ਯਤਨ ਕੀਤੇ ਜਾ ਸਕਦੇ ਆ ਠੀਕ ਹੈ ਇੱਕ ਆਪਣਾ a ਪੁਆਇੰਟ ਹੋ ਗਿਆ ਉਸ ਤੋਂ ਬਾਅਦ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਕੀ ਕੀ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਇਹ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਟੀਚਰ ਨੂੰ ਡਿਸਕਸ ਕਰਕੇ ਕਰਨੀਆਂ ਹਨ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਕੀ ਕੀ ਉਪਰਾਲੇ ਕੀਤੇ ਜਾ ਸਕਦੇ ਆ ਠੀਕ ਹੈ ਕਿ ਫੈਕਟਰੀਜ਼ ਦਾ ਜਿਹੜਾ ਵੇਸਟ ਹੈ ਉਹ ਪਾਣੀ ਵਿੱਚ ਨਾ ਜਾਵੇ ਠੀਕ ਹੈ ਹਵਾ ਦੇ ਪ੍ਰਦੂਸ਼ਣ ਨੂੰ ਘਟਾਉਣ ਵਾਸਤੇ ਤੁਸੀਂ ਕੀ ਕੀ ਯੋਗਦਾਨ ਪਾ ਰਹੇ ਹੋ ਅਸੀਂ ਕੀ ਕੀ ਯੋਗਦਾਨ ਤੁਸੀਂ ਆਪਣੀ ਡੇਲੀ ਲਾਈਫ ਚ ਕੁਝ ਇਹੋ ਜਿਹੇ ਕੰਮ ਕਰਦੇ ਹੋ ਜਿੱਦੇ ਵਿੱਚ ਹਵਾ ਦਾ ਪ੍ਰਦੂਸ਼ਨ ਨਾ ਹੋਵੇ ਉਸ ਦੇ ਵਿੱਚ ਤੁਸੀਂ ਆਪਣੇ ਇੱਥੇ ਇੱਕ ਜਾਂ ਦੋ ਲਾਈਨਾਂ ਵਿੱਚ ਵਿਚਾਰ ਸਾਂਝੇ ਕਰ ਸਕਦੇ ਹੋ ਹਰ ਕੋਈ ਹਰ ਸਟੂਡੈਂਟ ਦਾ ਆਪਣਾ ਇੱਕ ਵਿਚਾਰ ਹੋ ਸਕਦਾ ਹੈ ਉਹਦਾ ਆਨਸਰ ਦੂਜੇ ਨਾਲੋਂ ਡਿਫਰ ਹੋ ਸਕਦਾ ਹੈ ਅਲੱਗ ਹੋ ਸਕਦਾ ਹੈ ਰੁੱਖਾਂ ਦੀ ਅੰਨੇ ਵਾਰ ਕਟਾਈ ਹੋ ਰਹੀ ਹੈ ਤੁਸੀਂ ਹੁਣ ਤੱਕ ਕਿੰਨੇ ਕਿੰਨੇ ਕਿੱਥੇ ਕਿੱਥੇ ਪੌਦੇ ਲਗਾਏ ਹਨ ਜੇ ਤੁਸੀਂ ਅਗਰ ਆਪਣੇ ਜੀਵਨ ਚ ਕੋਈ ਪੌਦਾ ਲਾਇਆ ਹੈ ਠੀਕ ਹੈ ਹੋ ਸਕਦਾ ਤੁਸੀਂ ਆਪਣੇ ਖੇਤ ਵਿੱਚ ਲਾਇਆ ਹੋਏ ਕੋਈ ਪੌਦਾ ਹੈ ਨਾ ਤੇ ਉਹ ਦੱਸਣਾ ਤੇ ਉਸ ਦੇ ਪਾਲਣ ਉਸ ਨੂੰ ਪਾਲਣ ਵਾਸਤੇ ਕੀ ਕੀ ਯਤਨ ਕੀਤੇ ਹਨ ਠੀਕ ਹੈ ਉਸ ਨੂੰ ਪਾਣੀ ਦਿੱਤਾ ਹੈ ਠੀਕ ਹੈ ਉਹਦੀ ਦੇਖ ਰੇ ਕਿਤੀ ਆ ਬਾੜ ਲਾਈ ਹੈ ਉਹਦੇ ਆਲੇ ਦੁਆਲੇ ਉਹ ਤੁਸੀਂ ਇੱਥੇ ਦੱਸਣਾ ਮੈਂ ਫੇਰ ਬੇਟੇ ਇੱਕ ਵਾਰੀ ਦੁਹਰਾ ਰਹੀ ਹਾਂ ਹਰ ਬੱਚੇ ਦਾ ਪੁਆਇੰਟ ਆਫ ਊ ਅਲੱਗ-ਅਲੱਗ ਹੋ ਸਕਦਾ ਹੈ ਠੀਕ ਹੈ ਇਸ ਲਈ ਉਹਨਾਂ ਦਾ ਆਨਸਰ ਵੀ ਅਲੱਗ-ਅਲੱਗ ਹੋ ਸਕਦਾ ਹੈ ਉਸ ਤੋਂ ਬਾਅਦ ਇਹ ਬੇਟੇ ਦੂਸਰੀ ਪ੍ਰਕਿਰਿਆ ਹੈ ਸਵੇਰ ਦੀ ਸਭਾ ਵਿੱਚ 11ਵੀਂ ਜਮਾਤ ਦੇ ਵਿਦਿਆਰਥੀ 2 ਮਿੰਟ ਦਾ ਸਮਾਂ ਦਿੱਤਾ ਜਾਵੇ ਕਿ ਹਰੇਕ ਬੱਚੇ ਨੇ ਇੱਕ-ਇੱਕ ਜਮਾਤ ਵਿੱਚ ਜਾਣਾ ਹੈ ਅਤੇ ਚਲਦੇ ਪੱਖੇ ਲਾਈਟਾਂ ਬੰਦ ਕਰਕੇ ਆਉਣੀਆਂ ਹਨ ਸਭ ਤੋਂ ਵੱਧ ਕਮਰਿਆਂ ਵਿੱਚ ਫालतू ਪੱਖੇ ਚੱਲ ਰਹੇ ਪੱਖੇ ਲਾਈਟਾਂ ਬੰਦ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ ਠੀਕ ਹੈ ਹੋ ਸਕਦਾ ਹੈ ਕਿ ਜਦੋਂ ਸਵੇਰ ਦੀ ਸਭਾ ਦੇ ਵਿੱਚ ਸਾਰੇ ਬੱਚੇ ਤੁਹਾਡੀ ਅਸੈਂਬਲੀ ਗਰਾਊਂਡ ਵਿੱਚ ਹੁੰਦੇ ਆ ਪਰ ਕਈ ਕਮਰਿਆਂ ਦੇ ਪੱਖੇ ਚੱਲਦੇ ਰਹਿ ਜਾਂਦੇ ਆ ਠੀਕ ਹੈ ਕਿਉਂਕਿ ਉਸ ਟਾਈਮ ਤੇ ਸਾਰੇ ਬੱਚੇ ਨੂੰ ਬਹੁਤ ਕਾਲੀ ਹੁੰਦੀ ਹੈ ਹੈਨਾ ਬੈਲ ਵੱਜ ਜਾਂਦੀ ਹੈ ਜਦੋਂ ਜੇ ਅਸੀਂ ਅਸੈਂਬਲੀ ਗਰਾਊਂਡ ਵਿੱਚ ਜਾਣਾ ਤਾਂ ਦੇਖਣਾ ਹੈ ਕਿ ਕਿਸੇ ਕਲਾਸ ਦੇ ਪੱਖੇ ਕਿਤੇ ਲਾਈਟ ਔਨ ਤਾਂ ਨਹੀਂ ਰਹੀ ਠੀਕ ਹੈ ਤੇ ਜਿਸ ਬੱਚੇ ਨੇ ਸਭ ਤੋਂ ਜ਼ਿਆਦਾ ਸਭ ਤੋਂ ਵੱਧ ਕਮਰਿਆਂ ਵਿੱਚ ਇਸ ਵਿਦਿਆਰਥੀ ਨੇ ਸਭ ਤੋਂ ਵੱਧ ਕਮਰਿਆਂ ਵਿੱਚ ਫालतू ਚੱਲ ਰਹੇ ਪੱਖੇ ਲਾਈਟਾਂ ਦੀ ਨੂੰ ਬੰਦ ਕੀਤਾ ਹੋਵੇਗਾ ਉਸ ਲਈ ਸਾਰੇ ਬੱਚੇ ਤਾਲੀਆਂ ਮਾਰਨਗੇ ਠੀਕ ਹੈ ਤੇ ਉਸ ਤੋਂ ਬਾਅਦ ਦੇ ਬੇਟੇ ਉਪਰੋਕਤ ਦੀ ਤਰ੍ਹਾਂ ਵਿਦਿਆਰਥੀਆਂ ਨੂੰ ਫालतू ਚਲਦੀਆਂ ਪਾਣੀਆਂ ਦੀਆਂ ਟੂਟੀਆਂ ਬੰਦ ਕਰਨ ਲਈ ਸਕੂਲ ਵਿੱਚ ਲੱਗੇ ਫੁੱਲ ਬੂਟਿਆਂ ਨੂੰ ਪਾਣੀ ਦਿੱਤਾ ਹੋਣ ਅਤੇ ਗੋਡੀ ਆਦਿ ਕੀਤੇ ਸਬੰਧੀ ਦੇਖਣ ਦਾ ਮੌਕਾ ਦਿੱਤਾ ਜਾਵੇ ਠੀਕ ਹੈ ਤੁਸੀਂ ਆਪਣੇ ਸਕੂਲ ਦੇ ਵਿੱਚ ਇਹ ਐਕਟੀਵਿਟੀ ਕਰਨੀ ਹੈ ਕਿਉਂਕਿ ਇਸ ਟਾਈਮ ਕਰੋਨਾ ਟਾਈਮ ਚੱਲ ਰਿਹਾ ਤੁਸੀਂ ਸਕੂਲ ਦੇ ਵਿੱਚ ਨਹੀਂ ਜਾ ਰਹੇ ਹੋ ਠੀਕ ਹੈ ਤਾਂ ਇਹ ਐਕਟੀਵਿਟੀ ਅਸੀਂ ਪ੍ਰੈਕਟੀਕਲੀ ਨਹੀਂ ਕਰ ਸਕਦੇ ਠੀਕ ਹੈ ਪਰ ਤੁਸੀਂ ਆਪਣੇ ਘਰ ਦੇ ਪੱਖੇ ਬੰਦ ਕਰ ਸਕਦੇ ਹੋ ਜੇ ਕਮਰੇ 'ਚ ਤੁਸੀਂ ਨਹੀਂ ਬੈਠੇ ਹੋ ਤਾਂ ਪੱਖੇ ਤੇ ਲਾਈਟਸ ਨੂੰ ਬੰਦ ਕਰ ਦਿਓ ਜਿਹੜਾ ਤੁਸੀਂ ਅਗਰ ਕੋਈ ਬੂਟੇ ਲਗਾਏ ਆ ਉਸ ਨੂੰ ਦੇਖੋ ਕਿ ਪਾਣੀ ਦਿੱਤਾ ਹੋਇਆ ਆ ਉਹਦੀ ਗੋਡੀ ਕੀਤੀ ਹੋਈ ਆ ਠੀਕ ਹੈ ਤੇ ਹੌਲੀ ਹੌਲੀ ਇਸ ਚੀਜ਼ ਦੀ ਹੈਬਿਟ ਬਣਾ ਲਓ ਇਹ ਜਿਹੜੀ ਚੀਜ਼ ਅਸੀਂ ਕਰਨਾ ਚਾਹੁੰਦੇ ਆ ਅਗਰ ਅਸੀਂ ਉਸ ਨੂੰ ਰਿਪੀਟ ਕਰਦੇ ਰਹੀਏ ਤਾਂ ਉਹ ਸਾਡੀ ਹੈਬਿਟ ਬਣ ਜਾਂਦੀ ਹੈ ਠੀਕ ਹੈ